ਤੇ ਜਿਹੜੀ ਗੱਲ ਅਸੀਂ ਇੰਨੇ ਸਾਲਾਂ ਤੋਂ ਕਹਿੰਦੇ ਰਹੇ ਆ ਕਿ ਇਹਨਾਂ ਨਸ਼ਿਆਂ ਨੂੰ ਤੇ ਨਸ਼ਾ ਤਸਕਰਾਂ ਨੂੰ ਜਿਹੜੇ ਰਾਜਨੀਤਿਕ ਪੁਸ਼ਤ ਪਨਾਹੀ ਹਾਸਲ ਕੀਤੀ ਹੈ। ਅੱਜ ਪੰਜਾਬ ਪੁਲਿਸ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਜਿਹੜੀ ਫਿਰੋਜ਼ਪੁਰ ਦਿਹਾਤੀ ਦੀ ਸਾਬਕਾ MLA ਮੈਡਮ ਸਤਕਾਰ ਕੌਰ ਖੁਦ ਇੱਕ ਵਾਰੀ ਜਿਹੜਾ ਹੈ ਨਸ਼ਾ ਤਸਕਰਾਂ ਦੇ ਨਾਲ ਡੀਲਿੰਗ ਕਰਨ ਵਾਸਤੇ ਗਈ ਸੀ। ਔਰ ਸਾਰੇ ਜਾਣਦੇ ਆ ਸਤਕਾਰ ਕੌਰ ਕੌਣ ਹੈ, BJP ਦੀ ਸਿਰਕੱਢ ਨੇਤਾ ਨੇ ਫਿਰੋਜ਼ਪੁਰ ਤੋਂ। ਔਰ ਅੱਜ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਸਾਡੀ ਵਿਰੋਧੀ ਪਾਰਟੀਆਂ ਨੇ, ਇਹ ਸਿਰਫ ਮਗਰਮੱਛ ਦੇ ਹੰਝੂ ਵਹਾਉਂਦੀਆਂ ਪਈਆਂ ਨੇ। ਅੱਜ ਇੱਕ ਵਾਰੀ ਫਿਰ ਸਿੱਧ ਹੋ ਗਿਆ ਕਿ ਇਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਪੁਸ਼ਤ ਪਨਾਹੀ ਡਰੱਗ ਤਸਕਰਾਂ ਦੀ ਹੁੰਦੀ ਰਹੀ ਹੈ। ਅੱਜ ਵੀ ਜਦੋਂ ਅਸੀਂ ਦੇਖਦੇ ਹਾਂ, ਚਾਹੇ ਉਹ ਮਹਾਰਾਸ਼ਟਰ ਹੋਵੇ, ਚਾਹੇ ਉਹ ਗੁਜਰਾਤ ਹੋਵੇ, ਕਿੱਡੀਆਂ ਵੱਡੀਆਂ ਵੱਡੀਆਂ ਨਸ਼ਾ ਦੀਆਂ ਖੇਪਾਂ ਜਿਹੜੀਆਂ ਨੇ ਉਥੋਂ ਫੜੀਆਂ ਜਾਂਦੀਆਂ ਨੇ। ਕਿ BJP ਨੂੰ ਰੱਤਾ ਭਾਵੀ ਇਸ ਚੀਜ਼ ਦਾ ਦੁੱਖ ਨਹੀਂ ਹੈ ਕਿ ਇਹਨਾਂ ਨਸ਼ਿਆਂ ਦੇ ਨਾਲ ਜਿਹੜਾ ਹੈ ਉਹ ਜਵਾਨੀ ਖਰਾਬ ਹੁੰਦੀ ਹੈਗੀ ਹੈ? ਕਿਉਂ ਨਸ਼ਾ ਤਸਕਰਾਂ ਨੂੰ ਰੋਕਣ ਦੀ ਇਹ ਕੋਸ਼ਿਸ਼ ਨਹੀਂ ਕਰਦੇ? ਕਿਉਂ ਸਿਰਫ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਸਿਰਫ ਰਾਜਨੀਤੀ ਕਰਦੇ ਹੈ, ਜਦਕਿ ਮਾਨ ਸਾਹਿਬ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਤਹੀਆ ਕੀਤਾ ਹੋਇਆ ਕਿ ਅਸੀਂ ਪੰਜਾਬ ਨੂੰ ਡਰੱਗ ਮੁਕਤ ਕਰਵਾਵਾਂਗੇ? ਬਹੁਤ ਸਾਰੇ ਹੀਲੇ ਵਸੀਲੇ ਵਰਤੇ ਆ, ਜਿੱਥੇ ਇਸ ਦੀ ਸਪਲਾਈ ਚੇਨ ਨੂੰ ਤੋੜਿਆ ਉੱਥੇ ਜਿਹੜੇ ਹੈ ਡਰੱਗ ਦੇ ਆਦੀ ਜਿਹੜੇ ਲੋਕ ਨੇ ਉਹਨਾਂ ਦੀ ਰੀਹੈਬਿਲੀਟੇਸ਼ਨ ਵਾਸਤੇ ਵੀ ਕੋਸ਼ਿਸ਼ ਕੀਤੀ ਹੈ, ਰੁਜ਼ਗਾਰ ਵੀ ਦਿੱਤਾ ਹੈ ਤੇ ਖੇਡਾਂ ਵੱਲ ਵੀ ਧਿਆਨ ਦਿੱਤਾ ਹੈਗਾ। ਸੋ ਮੈਂ ਇੱਕ ਵਾਰੀ ਫਿਰ ਜਿਹੜਾ ਹੈਗਾ ਇਹਨਾਂ ਪੋਲੀਟੀਕਲ ਪਾਰਟੀ ਨੂੰ ਅਪੀਲ ਕਰਦਾ ਹਾਂ ਕਿ ਮਗਰਮੱਛ ਦੇ ਹੰਝੂ ਨਾ ਬਣਾਓ, ਆਪਣੇ ਗਿਰੇਬਾਨ ਦੇ ਵਿੱਚ ਚੱਕੋ। ਜੇ ਅੱਜ ਇਹ ਡਰੱਗ ਤਸਕਰਾਂ ਦੀਆਂ ਇੰਨੀਆਂ ਡੂੰਘੀਆਂ ਜੜ੍ਹਾਂ ਹੈਗੀਆਂ ਨੇ, ਉਹ ਤੁਹਾਡੇ ਸਮਿਆਂ ਦੇ ਵਿੱਚ ਪੁਸ਼ਤ ਪਨਾਹੀ ਹੁੰਦੀ ਰਹੀ ਹੈ। ਔਰ BJP ਨੂੰ ਖਾਸ ਕਰਕੇ ਇਸ ਦੇ ਲਈ ਮਾਫ਼ੀ ਮੰਗਣੀ ਚਾਹੀਦੀ ਹੈ ਪੰਜਾਬੀਆਂ ਤੋਂ। ਇੱਧਰ ਪੰਜਾਬ ਦੇ ਵਿੱਚ ਨਸ਼ੇ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਨੇ ਔਰ ਇਹਨਾਂ ਨਸ਼ਿਆਂ ਨੇ ਸਾਡੀ ਪੂਰੀ ਦੀ ਪੂਰੀ ਜਵਾਨੀ ਨੂੰ ਨਿਗਲਿਆ ਹੈ, ਤਾਂ ਯਕੀਨਨ ਤੌਰ ਤੇ ਜਿਹੜੀ ਗੱਲ ਅਸੀਂ ਇੰਨੇ ਸਾਲਾਂ ਤੋਂ ਕਹਿੰਦੇ ਰਹੇ ਹਾਂ ਕਿ ਇਹਨਾਂ ਨਸ਼ਿਆਂ ਨੂੰ ਤੇ ਨਸ਼ਾ ਤਸਕਰਾਂ ਨੂੰ ਜਿਹੜੇ ਰਾਜਨੀਤਿਕ ਪੁਸ਼ਤ ਪਨਾਹੀ ਹਾਸਲ ਕੀਤੀ ਹੈ। ਅੱਜ ਪੰਜਾਬ ਪੁਲਿਸ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਜਿਹੜੀ ਫਿਰੋਜ਼ਪੁਰ ਦਿਹਾਤੀ ਦੀ ਸਾਬਕਾ MLA ਮੈਡਮ ਸਤਕਾਰ ਕੌਰ ਖੁਦ ਇੱਕ ਵਾਰੀ ਜਿਹੜਾ ਹੈ ਨਸ਼ਾ ਤਸਕਰਾਂ ਦੇ ਨਾਲ ਡੀਲਿੰਗ ਕਰਨ ਵਾਸਤੇ ਗਈ ਸੀ। ਔਰ ਸਾਰੇ ਜਾਣਦੇ ਸਤਕਾਰ ਕੌਰ ਕੌਣ ਹੈ, BJP ਦੀ ਸਿਰਕੱਢ ਨੇਤਾ ਨੇ ਫਿਰੋਜ਼ਪੁਰ ਤੋਂ। ਔਰ ਅੱਜ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਸਾਡੀ ਵਿਰੋਧੀ ਪਾਰਟੀਆਂ ਨੇ, ਇਹ ਸਿਰਫ ਮਗਰਮੱਛ ਦੇ ਹੰਝੂ ਵਹਾਉਂਦੀਆਂ ਪਈਆਂ ਨੇ। ਅੱਜ ਇੱਕ ਵਾਰੀ ਫਿਰ ਸਿੱਧ ਹੋ ਗਿਆ ਕਿ ਇਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਪੁਸ਼ਤ ਪਨਾਹੀ ਡਰੱਗ ਤਸਕਰਾਂ ਦੀ ਹੁੰਦੀ ਰਹੀ ਹੈ। ਅੱਜ ਵੀ ਜਦੋਂ ਅਸੀਂ ਦੇਖਦੇ ਹਾਂ, ਚਾਹੇ ਉਹ ਮਹਾਰਾਸ਼ਟਰ ਹੋਵੇ, ਚਾਹੇ ਉਹ ਗੁਜਰਾਤ ਹੋਵੇ, ਕਿੱਡੀਆਂ ਵੱਡੀਆਂ ਵੱਡੀਆਂ ਨਸ਼ਾ ਦੀਆਂ ਖੇਪਾਂ ਜਿਹੜੀਆਂ ਨੇ ਉਥੋਂ ਫੜੀਆਂ ਜਾਂਦੀਆਂ ਨੇ। ਕਿ BJP ਨੂੰ ਰੱਤਾ ਭਾਵੀ ਇਸ ਚੀਜ਼ ਦਾ ਦੁੱਖ ਨਹੀਂ ਹੈ ਕਿ ਇਹਨਾਂ ਨਸ਼ਿਆਂ ਦੇ ਨਾਲ ਜਿਹੜਾ ਹੈ ਉਹ ਜਵਾਨੀ ਖਰਾਬ ਹੁੰਦੀ ਹੈਗੀ ਹੈ? ਕਿਉਂ ਨਸ਼ਾ ਤਸਕਰਾਂ ਨੂੰ ਰੋਕਣ ਦੀ ਇਹ ਕੋਸ਼ਿਸ਼ ਨਹੀਂ ਕਰਦੇ? ਕਿਉਂ ਸਿਰਫ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਸਿਰਫ ਰਾਜਨੀਤੀ ਕਰਦੇ ਹੈ, ਜਦਕਿ ਮਾਨ ਸਾਹਿਬ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਤਹੀਆ ਕੀਤਾ ਹੋਇਆ ਕਿ ਅਸੀਂ ਪੰਜਾਬ ਨੂੰ ਡਰੱਗ ਮੁਕਤ ਕਰਵਾਵਾਂਗੇ? ਬਹੁਤ ਸਾਰੇ ਹੀਲੇ ਵਸੀਲੇ ਵਰਤੇ ਆ, ਜਿੱਥੇ ਇਸ ਦੀ ਸਪਲਾਈ ਚੇਨ ਨੂੰ ਤੋੜਿਆ ਉੱਥੇ ਜਿਹੜੇ ਹੈ ਡਰੱਗ ਦੇ ਆਦੀ ਜਿਹੜੇ ਲੋਕ ਨੇ ਉਹਨਾਂ ਦੇ ਵੀ